ਜੂਸ ਵਾਲਾ ਪਾਣੀ ਪੈ ਗਿਆ ਅੱਜ ਪਾਣੀ ਪੈ ਗਿਆ ਯਾਰ ਸਾਹਿਬ ਪਾਣੀ ਪਾਣੀ ਪੈ ਗਿਆ ਜੀ ਸਾਹਿਬ ਜੀ ਘਰ ਵਾਲਿਆਂ ਨੇ ਬੜਾ ਜਿਵੇਂ ਪਾਣੀ ਪਵਾਤਾ ਅਤੇ ਪਾਣੀ ਪੈ ਗਿਆ ਤਿੰਨ ਛੇ ਘਰ ਗਿਆ ਅੱਛਾ ਇਹਦੀ ਪਾਣੀ ਘਰ ਤੋਂ ਲੈ ਲੈ ਅਤੇ ਘਰ ਤੋਂ ਫਿਰ ਘਰ ਮੋਟਰ ਸਾਰੀ ਸੜ ਗਈ ਹੈ ਮੋਟਰ ਆ ਗਈਆਂ ਡਿਸਪੋਜ਼ੀਬਲ ਦੀਆਂ ਠੀਕ ਹੈ ਨਾ ਕਿ ਨਵੀਂ ਰਿਪੇਅਰ ਨਹੀਂ ਹੁੰਦੀ ਹੈ ਨਾ ਦੇ ਵੈਨ ਹੁੰਦੀ ਹੈ ਇਹਦੇ ਪਾਣੀ ਗਿਆ ਵੇਖ ਰਹੇ ਹੋ ਤੁਸੀਂ ਹਾਂਜੀ ਸਾਰੀ ਵੇਖ ਰਹੇ ਕਾਲੀ ਹੋਈ ਪਈ ਸਾਹਿਬ ਜਗਾੜ ਨਹੀਂ ਕਰ ਸਕਦਾ ਜਗਾੜ ਨਹੀਂ ਕੇ ਲੱਗਣਾ ਇਹ ਮੋਟਰ ਹੀ ਨਵੀਂ ਕਰਨੀ ਹੈ ਮੋਟਰ ਪਵਾਉਣੀ ਹੈ ਇੱਕ ਮੋਟਰ ਹੈਗੀ ਇਹਦੇ ਨਾਲ ਦੀ ਜਿਹੜੀ ਆ ਛੋਟੀ ਲੱਗੀ ਹੋਈ ਮੋਟਰ ਇਹ 2500 ਦੀ ਜਿਹੜੀ ਵੱਡੀ ਪਵਾਉਣੀ ਉਹ 4500 ਦੀ ਜਿਹੜੀ ਤੁਸੀਂ ਕਹੋਗੇ ਉਹ ਪਾ ਦਿਓ ਭਾਜੀ 4500 ਵਾਲੀ ਪਾ ਦਿੰਦੇ ਹਾਂ ਮੋਟਰ ਅਤੇ ਕਿਤੋਂ ਚਾਹੀਦੀ ਕੀ ਤੁਹਾਨੂੰ ਭਾਜੀ ਘੰਟੇ ਬਾਅਦ ਚਾਹੀਦੀ ਘਾਟੇ ਬਾਅਦ ਨਾਲ ਲੈ ਜਾਇਓ ਇਨਸ਼ਾਅੱਲਾ ਤੁਹਾਨੂੰ ਤਿਆਰ ਕਰ ਦਿੰਦੇ ਹਾਂ ਬੜਾ ਕੀਮਤੀ ਠੀਕ ਹੈ
ਮੋਟਰ ਚੇਂਜ ਕੀਤੀ ਇਹਦੀ ਯਾਰ, ਮੋਟਰ ਨਹੀਂ ਸੀ ਖਰਾਬ ਹੈਗੀ, ਇਹਦੀ ਤਾਰ ਹੀ ਬਸ ਇੱਕ ਜੋੜ ਲੱਥਾ ਸੀ। ਅੱਛਾ ਜੀ, ਜਗਾਲ ਲੱਗ ਗਿਆ ਆਪਣਾ। ਹਾਂਜੀ, ਚਲੋ ਅੱਜ ਮੁਰਗੀ ਪੱਕੇਗੀ। ਤੇ ਹਾਂਜੀ ਭਾਜੀ, ਮੋਟਰ ਸਹੀ ਹੋ ਗਈ ਹੈ? ਹੋ ਗਈ, ਬਹੁਤ ਸਹੀ ਮੋਟਰ ਹੋ ਗਈ। ਚੈੱਕ ਕਰਾ ਦਿਓ, ਚੈੱਕ ਕਰ ਦਿਓ ਹੁਣ। ਇਨਸ਼ਾ ਅੱਲਾ ਚੰਗੀ ਮੋਟਰ ਪਾਤੀ ਇਹਦੇ ਕਾਫਰ ਬੈਠ। ਠੀਕ ਹੋ ਗਿਆ, ਚੈੱਕ ਕਰ ਲਓ ਫਿਰ ਵੀ ਗਰੰਟੀ ਮਿਲੇਗੀ? ਗਰੰਟੀ ਇਹਦੀ ਚੋਰਸ ਹੈਗੀ ਹੈ, 3 ਮਹੀਨੇ ਦੀ ਇਹਦੀ ਗਰੰਟੀ ਹੈ। ਠੀਕ ਹੈ, ਵੈਸੇ ਇਹ 2-2.5 ਸਾਲ ਕਿਤੇ ਨਹੀਂ ਚੱਲਦੀ। 2-2.5 ਸਾਲ? ਹਾਂਜੀ, ਕਿਤੇ ਨਹੀਂ ਚੱਲਦੀ। ਠੀਕ ਹੋ ਗਿਆ ਭਾਈ, ਚਲੋ ਪੈਸੇ। ਠੀਕ ਹੈ, ਹਾਂਜੀ ਠੀਕ ਹੈ। ਅੱਛਾ ਜੀ, ਕੰਮ ਹੋਰ ਵੀ ਕੋਈ ਕੰਮ ਹੋਵੇ ਤਾਂ ਆ ਜਾਇਆ ਕਰੋ। ਠੀਕ ਹੋ ਗਿਆ।